ਹੈਲੋ ਉਧਰੋਂ ਦੀ ਆ ਯਾਰ, ਉਧਰੋਂ ਬਰਵਾ ਉਹ ਬਿਸ਼ਟੀ ਦਰਵਾਜ਼ਾ ਲਿਖੇ ਯਾਰ, ਉਧਰੋਂ ਦੀ ਆ ਮੇਰਾ ਭਰਾ। ਹੈਲੋ ਇੱਕ ਮਿੰਟ, ਮੈਂ ਜਾਲਣ ਦੀ ਆ। ਵਾਲੇਕੁਮ ਅਸਲਾਮ ਸਰ, ਮੈਂ ਕਰੀਮ ਲੈਣ ਆਇਆ ਸੀ। ਕਿਉਂ ਮਜ਼ਾਕ ਕਰਦੇ ਪਏ ਹੋ? ਕਿਤੇ ਅਸੀਂ ਲੈਣੀ ਜੀ? ਆਪਣੇ ਵਾਸਤੇ। ਅਸਲ 'ਚ ਨਾ ਮੇਰੀ ਨਾ ਸ਼ਾਦੀ ਹੈ, ਇੱਕ ਹਫ਼ਤਾ ਰਹਿ ਗਿਆ, ਮੈਂ ਸਿਹਰਾ ਲੈ ਸਿਰਫ ਕਰੀਮ ਲੈ। ਕਿਸੇ ਦਰਬਾਰ 'ਤੇ ਚੜਾ ਦਿਓ, ਕਿਤੇ ਅਸੀਂ ਸਿਹਰਾ ਲਿੱਤਾ ਆਪਣੇ ਵਾਸਤੇ। ਅੱਛਾ, ਬਰਾਤ ਵਾਸਤੇ ਲਿੱਤਾ? ਜੀ ਜਨਾਬ। ਅੱਛਾ ਭਾਅ ਜੀ, ਤੁਹਾਡਾ ਕਰੀਮ ਦੇ ਨਾਲ ਤਲਕ ਨਹੀਂ ਹੈਗਾ, ਤੁਸੀਂ ਕੋਈ ਦਮ ਕਰਾਓ, ਸ਼ਾਇਦ ਤੁਹਾਨੂੰ ਕੋਈ ਰੰਗ ਨੂੰ ਫਰਕ ਪਵੇ। ਹੋਵੇ ਚਾਹੁੰਦੇ ਮਿਰਗੀ ਪਈ? ਮਿਰਗੀ ਪੈਂਦੀ ਤੁਹਾਨੂੰ? ਬਸ ਕਰੀਮ ਮੰਗਣ ਆਇਆ ਤੁਹਾਡੇ ਕੋਲੋਂ। ਕਿਤੇ ਵਾਸਤੇ ਲੈਣੀ ਸਰ? ਦਰਬਾਰ ਦਾ ਪਤਾ ਨਹੀਂ ਪੁੱਛਣ ਆਇਆ। ਕਰੀਮ ਕਿਤੇ ਵਾਸਤੇ ਲੈਣੀ? ਆਪਣੇ ਵਾਸਤੇ, ਆਪਣੇ ਵਾਸਤੇ, ਆਪਣੇ ਵਾਸਤੇ। ਸਰ ਜੀ, ਕਰੀਮ ਤੁਹਾਨੂੰ ਫੈਕਟ ਨਹੀਂ ਕਰ ਸਕਦੀ, ਮੈਂ ਇੱਕ ਮਸ਼ਵਰਾ ਦਿੰਦਾ ਤੁਹਾਨੂੰ। ਤੁਸੀਂ ਨਾ ਰੇਤਾ ਲੈਣੀ ਹੈ, ਉਹ 'ਚ ਨਿੰਬੂ ਪਾਉਣਾ, ਤੁਸੀਂ ਤਕਰੀਬਨ 15 ਦਿਨ ਉਹਦੀ ਮਾਲਿਸ਼ ਕਰੋ, ਸ਼ਾਇਦ ਉਹਨਾਂ ਕੋਈ ਤੁਹਾਨੂੰ ਫਰਕ ਪੈ ਜਾਵੇ। ਮੈਂ ਕਰੀਮ ਲੈਣੀ, ਤੁਹਾਡੀ ਕਬਰ ਨਹੀਂ ਬਣਵਾਉਣੀ। ਕਰੀਮ ਆਪਣੇ ਵਾਸਤੇ ਲੈਣੀ? ਮੈਂ ਆਪਣੇ ਵਾਸਤੇ ਗੱਲ ਕਰਨ ਲਈ ਕਿ ਮੇਰੇ ਨਾਲ ਸਾਰਾ ਡੱਬਰ ਆਇਆ। ਅੱਛਾ, ਸ਼ਾਦੀ ਹੈ ਤੁਹਾਡੀ? ਜੀ ਜਨਾਬ। ਅੱਛਾ 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 ਅੱਛਾ, ਕਿਤੇ ਨਸੀਬ ਸੜ ਗਏ। ਓ, ਮੇਰੇ ਕਹਿਣ ਦਾ ਮਕਸਦ ਹੈ ਕਿ ਕਿਤੋਂ ਸ਼ਾਦੀ ਤੁਹਾਡੀ? ਇੱਕ ਹਫ਼ਤਾ ਰਹਿ ਗਿਆ, ਮੈਂ ਤੁਹਾਨੂੰ ਅਰਜ਼ ਕੀਤੀ ਕਿ ਮੈਂ ਸਿਹਰਾ ਲੈ, ਬਸ ਕਰੀਮ ਰਹਿ ਗਈ। ਅੱਛਾ 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 ਯਾਰ, ਕਿਹੜੀ ਕਰੀਮ ਚਾਹੀਦੀ ਤੁਹਾਨੂੰ? ਰੰਗ ਹੋਰਾ ਕਰਨ ਵਾਲੀ, ਜਿਹੜਾ ਥੋੜ੍ਹਾ ਜਿਹਾ ਨਾ ਡਾਰਕ ਹੋ ਗਿਆ ਟੈਨਸ਼ਨਾਂ ਦੇ ਨਾਲ, ਅਤੇ ਮੈਂ ਕਹਿੰਦਾ ਜ਼ਰਾ ਸਾਫ਼ ਹੋ ਜੂਗੀ। ਇੱਕ ਅੱਛੀ ਜਿਹੀ ਕਰੀਮ ਮੈਨੂੰ ਦਿਖਾਓ ਜ਼ਰਾ। ਯਾਰ ਸਾਡੇ ਕੋਲ ਕਰੀਮ ਹੈਗੀ ਹੈ, ਤੁਸੀਂ ਲੈਣੀ ਕਿਹੜੀ ਹੈ? ਰੰਗ ਗੋਰਾ ਕਰਨ ਵਾਲੀ, ਰੰਗ ਗੋਰਾ ਕਰਨ ਵਾਲੀ। ਮੈਂ ਦੇਖਣਾ ਪੈਣਾ ਤੁਹਾਡੇ ਵਾਸਤੇ ਕੋਈ ਕਰੀਮ, ਵੈਸੇ ਤੁਹਾਨੂੰ ਕਰੀਮ ਨਾਲ ਫਰਕ ਤਾਂ ਨਹੀਂ ਪੈਣਾ। ਜਲਦੀ ਕਰ ਦੇਣਾ ਕਿਉਂਕਿ ਬੜੇ ਕੰਮ ਨੇ, ਸ਼ਾਦੀ ਹੈ ਤੁਹਾਨੂੰ ਪਤਾ, ਤੁਹਾਡੇ ਨਸੀਬਾਂ 'ਚ ਤਾਂ ਹੈਗੀ ਨਹੀਂ, ਜਿਹਦੀ ਹੁੰਦੀ ਉਹਨੂੰ ਕਾਲੀ ਪੈ। ਤੁਸੀਂ ਚਾਹੁੰਦੇ ਜਲਦੀ ਕਲਰ ਵਾਈਟ ਹੋਵੇ? ਜੀ ਜੀ ਤਜ਼ਾਬ ਦੀ ਬੋਤਲ ਦੇ ਦਿਓ। ਮੈਂ ਰੰਗ ਗੋਰਾ ਕਰਨਾ, ਗਟਰ ਨਹੀਂ ਖੜਾਉਣਾ। ਅੱਛਾ, ਸ਼ਾਦੀ ਹੈ ਤੁਹਾਡੀ? ਜੀ ਜੀ। ਨਾ ਕਿੱਥੇ ਵਿਆਹ ਲੱਗੇ ਹੋ? ਤੁਹਾਡੇ ਵਾਲੀ ਸਮਝੋ ਬਸ। ਭਾਅ ਜੀ, ਮੇਰਾ ਮਕਸਦ ਹੈ ਕਿਹੜੀ ਜਗ੍ਹਾ 'ਤੇ ਸ਼ਾਦੀ ਤੁਹਾਡੀ? ਮੈਂ ਕਰੀਮ ਮੰਗਣ ਆਇਆ ਇੱਥੋਂ ਕਿ ਮੈਂ ਕੋਚ ਕਰਾਉਣ ਆਇਆ ਤੁਹਾਡੇ ਕੋਲੋਂ। ਯਾਰ ਕਰੀਮ ਤਾਂ ਮੈਂ ਯਾਰ ਦਿੰਦੇ ਹਾਂ ਬਾਈ, ਤਾਂ ਮੋਮਨ ਬਾਈ 3 ਨੰਬਰ ਕਰੀਮ ਦੇਣਾ ਯਾਰ ਦਾ। ਯਾਰ ਮਾਲ ਆਇਆ ਤੇ ਤੁਸੀਂ ਐਂ ਕਰੋ, 7 ਨੰਬਰ ਕੱਢ ਲਓ। ਚੱਲ ਫਿਰ ਇੱਕ ਮਾਲ ਲੈ ਆ, ਉਹਦੀ ਬਾਅਦ 'ਚ ਜ਼ਰੂਰਤ ਪੈਣੀ ਹੈ, ਅਜੇ ਮੈਨੂੰ ਕਰੀਮ ਦੇ ਦਿਓ। ਜੇ ਅਗਰ ਮੈਂ ਤੁਹਾਨੂੰ ਕਰੀਮ ਨਾਲ ਕੈਪਸੂਲ ਦੇਵਾਂ, ਸ਼ਾਦੀ ਹੈ ਨਾ ਤੁਹਾਡੀ, ਉਹ ਕਰੀਮ 'ਚ ਕੈਪਸੂਲ ਪੈਂਦੇ ਨੇ ਅੱਜ ਕੱਲ੍ਹ ਪੁਆਇੰਟ? ਨਹੀਂ ਨਹੀਂ ਨਹੀਂ, ਮੈਨੂੰ ਉਹ ਚਾਹੀਦੀ ਜਿਹੜੀ ਡੱਬੀ ਦੇ ਵਿੱਚ ਨਹੀਂ ਹੁੰਦੀ, ਉਹ ਵਾਲੀ ਚਾਹੀਦੀ, ਮੈਨੂੰ ਕੈਪਸੂਲ ਵਾਲੀ ਨਹੀਂ ਚਾਹੀਦੀ। ਯਾਰ ਤੁਸੀਂ ਹੋਰ ਸਮਾਨ ਸੜਕੋ, ਕਾਫੀ ਚੂਸਣੀ ਪਈ ਹੈ, ਕੈਚਅਪ ਪਿਆ, ਇਹਨਾਂ ਦੀ ਵਾਚ ਜ਼ਰੂਰਤ ਪਏਗੀ, ਅਜੇ ਸਿਰਫ ਕਰੀਮ ਚਾਹੀਦੀ, ਤੁਹਾਡੀ ਮਿਹਰਬਾਨੀ। ਯਾਰ ਫਿਟਰ ਦੇਖੋ ਕਿੱਡਾ ਅੱਛਾ ਫਿਟਰ ਲਾਈਏ, ਸਾਲ ਬਾਅਦ ਲਵਾਂਗੇ ਜਦੋਂ ਤੁਸੀਂ ਮਾਮੇ ਬਣ ਜਾਓਗੇ। ਦੇਖੋ ਤੁਹਾਡਾ ਕੈਸਾ ਕੈਚਅਪ ਆਇਆ, ਦੇਖ ਰਹੇ ਹੋ? ਉਹ ਮੈਂ ਸ਼ਾਦੀ ਕਰੀ, ਨਾਸ਼ਤਾ ਨਹੀਂ ਕਰਨ ਆਇਆ। ਭਾਈ ਨਾ ਸਾਡੀ ਦੁਕਾਨ ਮਾਸ਼ਾਅੱਲਾ ਭਰੀ ਪਈ ਹੈ, ਕਾਹਦੇ ਨਾਲ? ਚੀਜ਼ਾਂ ਦੇ ਨਾਲ, ਆਈਸਕ੍ਰੀਮ ਵੀ ਪੈ ਗਈ ਸਾਡੇ ਕੋਲ। ਯਾਰ
ਮੈਨੂੰ ਕਰੀਮ ਚਾਹੀਦੀ ਭਾਈ ਨੂੰ, ਮੈਂ ਕਿੰਨੀ ਕੁ ਵਾਰੀ ਤੁਹਾਨੂੰ ਮੈਂ ਦੱਸਾਂ, ਤੁਸੀਂ ਹੋਰ ਚੀਜ਼ਾਂ ਦੱਸ ਦਿੰਦੇ ਹੋ, ਤੁਸੀਂ ਕੀ ਰੱਖਿਆ ਕੀ ਹੈ ਤੁਸੀਂ ਯਾਰ? ਦੁਕਾਨ ਭਰੀ ਪਈ ਸਾਡੀ ਯਾਰ, ਜੋ ਮੈਂ ਮੰਗ ਰਿਹਾ ਉਹ ਤੁਸੀਂ ਦਿੰਦੇ ਨਹੀਂ, ਸਾਰੀ ਦੁਕਾਨ ਤੁਸੀਂ ਦਵਾਈਆਂ ਨੇ ਭਰੀ, ਮੈਨੂੰ ਲੱਗਦਾ ਮੈਂ ਵੱਡਾ ਪ੍ਰੇਸ਼ਨ ਕਰਾਉਣਾ। ਯਾਰ ਤੁਸੀਂ ਕਰੀਮ ਦੇ ਦਿਓ, ਤੁਹਾਡੀ ਮਿਹਰਬਾਨੀ, ਮੈਨੂੰ ਨਾ ਖਪਾਓ, ਮੈਂ ਹੋਰ ਬੜੇ ਕੰਮ ਕਰਨੇ ਨੇ। ਇਹ ਫਰਿੱਜ ਖੋਲ੍ਹ ਕੇ ਦੇਖੋ, ਮਾਸ਼ਾਅੱਲਾ ਇਸ ਕਰੀਮਾਂ ਨਾਲ ਭਰੀ ਪਈ ਹੈ। ਮੈਨੂੰ ਕਰੀਮ ਚਾਹੀਦੀ, ਆਈਸ ਕਰੀਮ ਨਹੀਂ ਚਾਹੀਦੀ। ਅੱਛਾ ਸਰ ਜੀ, ਮੈਂ ਮਜ਼ਾਕ ਕਰ ਰਿਹਾ ਸੀ, ਜ਼ਰਾ ਮੇਰੀ ਹਾਸੇ ਖੇਡੇ ਵਾਲੀ ਤਬੀਅਤ ਹੈ। ਤੇਰਾ ਮੇਰਾ ਮਜ਼ਾਕ ਬਣਦਾ? ਮੇਰੀ ਸ਼ਾਦੀ ਹੈ, ਤੇਰਾ ਮਜ਼ਾਕ ਛੁੱਟੇ। ਤੁਸੀਂ ਮੈਨੂੰ ਕਰੀਮ ਦਾ ਨਾਂ ਦੱਸੋ, ਮੈਂ ਤੁਹਾਨੂੰ ਹੁਣੀ ਕਰੀਮ ਕਰ ਦਿੰਦਾ। ਯਾਰ ਉਹ ਕਰੀਮ ਦਾ ਨਾਂ ਸੀ ਆਪਣਾ, ਬੜਾ ਅੱਛਾ ਜਿਹਾ ਨਾਂ ਸੀ ਯਾਰ, ਮੇਰੇ ਰੰਗ ਨਾਲ ਮਿਲਦਾ ਜੁਲਦਾ ਨਾਂ ਸੀ, ਵਾਈਟ ਗੋਲਡ। ਵਾਈਟ ਗੋਲਡ ਦੋ ਹੈਗੀਆਂ ਨੇ, ਇੱਕ ਕੋਸਮੈਟਿਕ ਹੈ, ਇੱਕ ਇੰਟਰਨੈਸ਼ਨਲ। ਇੰਟਰਨੈਸ਼ਨਲ ਸਰ, ਤੁਹਾਡਾ ਮੂੰਹ ਹੈ ਇੰਟਰਨੈਸ਼ਨਲ? ਮੈਂ ਇੰਟਰਨੈਸ਼ਨਲ ਕਰੀਮ ਮੰਗਣ ਲਈ ਫਲੈਟ ਨਹੀਂ ਮੰਗੀ ਤੁਹਾਡੇ ਕੋਲੋਂ। ਯਾਰ ਉਹ ਬੜੀ VIP ਬੰਦਿਆਂ ਵਾਸਤੇ ਕਰੀਮ ਬਣੀ ਹੈ, ਨਵਾਸ਼ਰੀ ਬਣਾਉਂਦਾ। ਭਾਅ ਜੀ ਮੇਰੀ ਗੱਲ ਸੁਣੋ, ਕਿਉਂ ਕਿਸੇ ਦੀ ਕਰੀਮ ਪਲੀਤ ਕਰਨ ਦੇ? ਉਹ ਮੈਂ ਮੂੰਹ 'ਤੇ ਲਾਉਣੀ ਹੈ, ਜਿੱਥੇ ਤੂੰ ਸਮਝ ਰਿਹਾ ਉੱਥੇ ਨਹੀਂ ਲਾਉਣੀ। ਅੱਛਾ ਭਾਅ ਜੀ, ਗੱਲ ਹੈਗੀ ਕਿ ਕਰੀਮ ਤਾਂ ਮੈਂ ਤੁਹਾਨੂੰ ਦੇ ਦਿੰਦਾ ਵਾਈਟ ਗੋਲਡ ਦੀ, ਤੁਸੀਂ ਕੰਪਨੀ ਕੋਲ ਇਜਾਜ਼ਤ ਲਿੱਤੀ ਹੈ ਲਾਉਣ ਦੀ? ਅੱਛਾ ਪਹਿਲੇ ਮੈਂ ਕੰਪਨੀ ਵਾਲੇ ਨੂੰ ਫੋਨ ਕਰਾਂ, ਮੇਰਾ ਵਿਆਹ ਜੀ, ਮੈਨੂੰ ਕਰੀਮ ਦੇਣਾ ਚਾਹੁੰਦੇ ਹੋ ਕਿ ਨਹੀਂ ਦੇਣਾ ਚਾਹੁੰਦੇ? ਇਹ ਕਿਸ ਤਰ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ? ਤੁਹਾਡੇ ਕੋਲ ਹੈਗੀ ਹੈ ਤਾਂ ਦੇ ਦਿਓ, ਨਹੀਂ ਤਾਂ ਮੈਨੂੰ ਕਹੋ ਨਹੀਂ ਹੈ। ਨਹੀਂ ਨਹੀਂ, ਕਰੀਮ ਤਾਂ ਸਾਡੇ ਕੋਲ ਮੌਜੂਦ ਹੈ, ਫਿਰ ਲਿਓ। ਗੱਲ ਹੈ ਕਿ ਕਿਸੇ ਦੀ ਚੀਜ਼ ਮੈਂ ਕਹਿੰਦਾ ਪਲੀਤ ਨਾ ਹੋ ਜਾਵੇ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਜਿੱਥੇ ਤੁਸੀਂ ਸਮਝ ਰਹੇ ਹੋ ਮੈਂ ਉੱਥੇ ਨਹੀਂ ਲਾਉਣੀ, ਮੈਂ ਮੂੰਹ 'ਤੇ ਲਾਉਣੀ ਹੈ। ਯਾਰ ਤੁਹਾਡਾ ਕਰੀਮ ਵਾਲਾ ਮੂੰਹ ਨਹੀਂ ਗਾ। ਇਹ ਦੇਖੋ ਭਾਈ ਜਾਨ, ਮੇਰੇ ਕੋਲ ਇੰਨੀਆਂ ਕਰੀਮਾਂ ਪਈਆਂ ਕਿ ਇਹ ਮੂੰਹ 'ਤੇ ਲਾਓ ਨਾਲ ਛਿੱਲ ਵੀ ਲਾ ਦੇਣਗੀਆਂ, ਫਿਰ ਤੁਸੀਂ ਇਸ ਤਰ੍ਹਾਂ ਦੇ ਬਲੋਰ ਅੰਗਰ ਚਿੱਟੇ ਨਾ ਨਿਕਲੋ ਅਤੇ ਸਾਡਾ ਨਾਂ ਵਟਾ ਦੇਣਾ। ਸਾਰੀਆਂ ਕਰੀਮਾਂ ਐਕਸੀਡੈਂਟ ਤੋਂ ਬਾਅਦ ਲਾਉਣ ਵਾਲੀਆਂ ਪੁੱਤਰ, ਮੈਂ ਜਿਹੜੀ ਮੰਗ ਰਿਹਾ ਮੈਨੂੰ ਉਹ ਦੇ ਦੇ, ਮੈਨੂੰ ਦੇਰ ਹੋ ਰਹੀ ਹੈ, ਮੇਰੀ ਸ਼ਾਦੀ ਹੈ, ਤੈਨੂੰ ਕਿੰਨੀ ਕੁ ਵਾਰੀ ਕਹਾਂ ਮੈਂ? ਅੱਛਾ ਸ਼ਾਦੀ 'ਤੇ ਕੀ ਪਕਾ ਰਹੇ ਹੋ ਅੱਜ? ਕਰੀਮ ਤੋਂ ਇਲਾਵਾ ਹਰ ਚੀਜ਼ ਪੱਕ ਰਹੀ। ਨਹੀਂ ਮੇਰੇ ਕਹਿਣ ਦਾ ਮਤਲਬ ਕਿ ਖਾਣੇ 'ਚ ਕੀ ਦੇ ਰਹੇ? ਯਾਰ ਮੈਨੂੰ ਕਰੀਮ ਦੇ ਦੇ, ਮੈਨੂੰ ਹੋਰ ਵੀ ਕੰਮ ਹੈ, ਜੇ ਮੈਂ ਨਾਈ ਕੋ ਵੀ ਜਾਣਾ, ਮੈਂ ਸਿਹਰਾ ਲਿਆ, ਸਿਹਰਾ ਠੰਡਾ ਹੋਣ ਲਿਆ, ਜਲਦੀ ਕਰ ਲਿਆ ਯਾਰ, ਤੇਰੀ ਮਿਹਰਬਾਨੀ ਹੈ, ਤੁਹਾਨੂੰ ਦੱਸਿਆ ਸਿਹਰਾ ਠੰਡਾ ਹੋ ਰਿਹਾ। ਤੁਹਾਡੇ ਲੋਕਾਂ ਦੀ ਖਿਦਮਤ ਵਾਸਤੇ ਅਸੀਂ ਖਲੋਤੇ ਹਾਂ। ਮਿਹਰਬਾਨੀ, ਬੜਾ ਫਟਾਫਟ ਬਣਾ ਲਿਓ। ਇਹ ਦੇਖੋ ਜ਼ਰਾ, ਇਹ ਚਿੱਲੀ ਸੌਸ ਅਤੇ ਇਹ ਪੀਣ ਦੇ ਨਾਲ ਨਾ ਕਾਫੀ ਫਰਕ ਪੈਂਦਾ ਕਲਰ ਦੇ। ਯਾਰ ਮੈਂ ਜਿਹੜੀ ਕਰੀਮ ਮੰਗ ਰਹੇ ਭਾਈ ਨੂੰ, ਮੈਨੂੰ ਤੁਸੀਂ ਉਹ ਕਿਉਂ ਨਹੀਂ ਦੇ ਰਹੇ? ਮੈਂ ਤੂੰ ਇਹ ਲੈ ਕੇ ਤੜਕਾ ਲਵਾਉਣਾ ਆਪਣੇ ਆਪ ਨੂੰ। ਯਾਰ ਮੈਂ ਤੁਹਾਨੂੰ ਭਾਈ ਜਾਨ, ਜੇ ਜ਼ਿਆਦਾ ਤੁਸੀਂ ਚਾਹੁੰਦੇ ਹੋ ਨਾ ਕਿ ਰੰਗ ਵਾਈਟ ਹੋਵੇ, ਅਤੇ ਇਹਦੇ ਨਾਲ ਮੂੰਹ ਧੋ ਕੇ ਦੇਖੋ। ਪਿੱਛੇ ਕਰੋ ਮਰੇ, ਕੱਪੜੇ 'ਤੇ ਪਾਉਣ ਵਾਲੀ ਜੇ ਤਾਂ ਮੈਂ ਲਾਉਣ ਲੱਗ ਪਈ। ਭਾਈ ਜਾਨ ਮੈਨੂੰ ਲੱਗਦਾ ਤੁਸੀਂ ਇੱਕ ਮਿੰਟ, ਸੁੱਟ ਨਾ ਦੇਣਾ ਕਿਤੇ। ਨਹੀਂ ਪਲਾਸਟਿਕ ਦੀਆਂ ਨੇ। ਅੱਛਾ ਸੁੱਟ ਦੇ ਫਿਰ। ਭਾਈ ਮੈਂ ਤਾਂ ਲੈਣੀ ਹੈ, ਮਾਸ਼ਾਅੱਲਾ ਐਡੀ ਐਡੀ ਤੁਹਾਡੀ ਦੁਕਾਨ ਹੈ, ਜਿਹੜੀ ਚੀਜ਼ ਮੈਂ ਮੰਗ ਰਿਹਾ ਤੁਸੀਂ ਕਿਉਂ ਨਹੀਂ ਦਿੰਦੇ? ਤੁਹਾਡੇ ਕੋਲ ਪਈ ਵੀ ਹੈ ਅਤੇ ਤੁਸੀਂ ਕਹਿ ਰਹੇ ਹੋ ਨਹੀਂ ਹੈ। ਯਾਰ ਸਾਨੂੰ ਖਤਰਾ ਭਾਈ, ਕੋਈ ਪਰਚਾ ਨਾ ਕਰਾ ਦੇ ਛੱਡ ਦਿਓ ਕਿ ਕਿਹੜੇ ਬੰਦੇ ਨੂੰ ਕਰੀਮ ਦਿੱਤੀ ਤੁਸੀਂ। ਤੁਸੀਂ ਕਿਹੜੀ ਕਰੀਮ ਸਮਝਣ ਲਿਓ ਜਿੱਥੇ ਪਰਚੇ ਹੋ ਜਾਂਦੇ ਹੈ? ਮੈਨੂੰ ਭਾਜੀ ਤੁਸੀਂ ਵਾਈਟ ਗੋਲਡ ਮੰਗੀ ਹੈ ਜਨਾਬ, ਇੰਟਰਨੈਸ਼ਨਲ? ਹਾਂਜੀ, ਮੈਂ ਪਹਿਲੇ ਅਰਜ਼ ਕੀਤੀ ਹੈ ਕਿ ਇੰਟਰਨੈਸ਼ਨਲ ਕਰੀਮ 'ਚ ਅਤੇ ਆਪਣੇ 'ਚ ਤੁਸੀਂ ਦੇਖੋ ਕਿੰਨਾ ਫਰਕ ਹੈਗਾ। ਕੀ ਮਤਲਬ ਹੈ ਕਰੀਮ ਵੀਜ਼ਾ ਦਿਖਾ ਕੇ ਮਿਲਦੀ ਹੈ? ਮਤਲਬ ਕੀ ਇਹਦੀ ਪ੍ਰੋਬਲਮ ਹੈ, ਮੈਨੂੰ ਦੱਸੋਗੇ ਤਾਂ ਪੈ ਰਹੀ ਹੈ ਨਾ। ਯਾਰ ਤੁਸੀਂ ਇੱਕ ਹੋਰ ਚੀਜ਼ ਨਹੀਂ ਕਰ ਲੈਂਦੇ ਜੇ ਮੈਂ ਤੁਹਾਨੂੰ ਚੀਜ਼ ਦੱਸਾਂ ਇੱਕ? ਅੱਛਾ ਦੱਸੋ। ਮੇਰੇ ਕੋਲ ਕੈਪਸੂਲ ਪਏ ਨੇ, ਉਹ ਦੁੱਧ 'ਚ ਪਾ ਕੇ ਪੀਓ। ਅੱਛਾ, ਮਰੋੜ ਠੀਕ ਹੋ ਜਾਣਗੇ? ਨਹੀਂ ਨਹੀਂ ਨਹੀਂ, ਉਹਨਾਂ ਕਲਰ ਕਾਫੀ ਫੇਅਰ ਹੋ ਜਾਂਦਾ।
ਯਾਰ ਤੁਸੀਂ ਮੈਨੂੰ ਵਾਈਲਡ ਗੋਲਡ ਦੇ ਦਿਓ, ਮੈਂ ਜਾਣਾ, ਮੇਰਾ ਇੰਤਜ਼ਾਰ ਹੋ ਰਿਹਾ, ਮੈਂ ਬੜੇ ਕੰਮ ਕਰਨੇ, ਤੁਹਾਨੂੰ ਕਿੰਨੀ ਕੁ ਵਾਰੀ ਮੈਂ ਕਿਹਾ। ਕਿੰਨੇ ਕਦਮਾਂ ਦਾ ਇੰਤਜ਼ਾਰ ਕਰ ਰਹੇ ਨੇ ਤੁਹਾਡਾ? ਜਿਹੜਾ ਇੰਤਜ਼ਾਰ ਤੁਸੀਂ ਕਹਿ ਰਹੇ ਹੋ ਉਹ ਤਾਂ ਕਦੀ ਖਤਮ ਹੀ ਨਹੀਂ ਹੁੰਦਾ। ਅੱਛਾ, ਉਹ ਨਹੀਂ ਹੁੰਦਾ ਨਾ, 10 ਕਦਮਾਂ 'ਤੇ ਜਾ ਕੇ ਦੁਆ ਕਰਦੇ ਨੇ। ਉਹ ਕਰਾਂਗੇ ਤੁਹਾਡੀ ਵਾਰੀ, ਲੇਕਿਨ ਇਸ ਲਈ ਮੇਰੀ ਸ਼ਾਦੀ ਹੈ, ਤੁਹਾਡੀ ਮਿਹਰਬਾਨੀ। ਅੱਛਾ, ਸ਼ਾਦੀ ਕਿਹੜੀ ਜਗ੍ਹਾ 'ਤੇ ਹੋਊਗੀ ਤੁਹਾਡੀ? ਆਪਣੇ ਘਰ ਹੀ ਸਮਝੋ ਤੁਸੀਂ, ਬਸ ਮੈਨੂੰ ਕਰੀਮ ਦੇ। ਕਰੀਮ ਤੁਹਾਨੂੰ ਯਾਰ, ਭਾਈ ਜਾਨ ਮੇਰੀ ਗੱਲ ਸੁਣੋ, ਜਿੱਡੀ ਤੁਹਾਡੀ ਹਾਈਟ ਹੈ ਨਾ, ਜਿਸ ਤਰ੍ਹਾਂ ਦਾ ਤੁਹਾਡਾ ਕਲਰ, ਮੈਂ ਕਹਿੰਦਾ ਪਹਿਲੇ ਨਾ ਕੱਦ ਵਧਾਉਣ ਵਾਲੀਆਂ ਗੋਲੀਆਂ ਨੇ ਇਹ ਯੂਜ਼ ਕਰਕੇ ਦੇਖੋ। ਵਿਆਹ ਕਰਾਉਣ ਚੱਲਣਾ, ਜਾਲੇ ਲਾਉਣ ਨਹੀਂ ਚੱਲਣਾ ਭਾਅ ਜੀ, ਮੈਨੂੰ ਤੁਸੀਂ ਕਰੀਮ ਦਿਓ ਜਿਹੜੀ ਮੈਂ ਮੰਗ ਰਿਹਾ ਤੁਹਾਡੇ ਕੋਲੋਂ। ਤੁਸੀਂ ਮੈਨੂੰ ਵਕਤ 'ਚ ਪਾਤਾ, ਕਦੀ ਤੁਸੀਂ ਮੈਗੀ ਖਾਧੀ? ਨਹੀਂ। ਮੈਗੀ ਖਾਣ ਨਾਲ ਕਾਫੀ ਪਾਵਰ ਆਉਂਦੀ ਹੈ। ਕਾਹਦੇ 'ਚ? ਯਾਰ ਜਿਸਮ ਜਾਣ 'ਚ। ਤੁਹਾਡੀ ਸ਼ਾਦੀ ਨਹੀਂ ਅੱਗੇ? ਮੁਸ਼ਕਲ ਦੇ ਨਾਲ ਦੇਖ, ਮੇਰੇ ਤੋਂ ਕੋਈ ਸ਼ਗਨਾਂ ਦਾ ਵੇਲਾ ਹੈ, ਤੇਰੀ ਮਿਹਰਬਾਨੀ ਯਾਰ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜਾ ਬਦਨਸੀਬ ਘਰ ਹੈ ਜਿਹਨੇ ਤੁਹਾਨੂੰ ਦਿੱਤੀ ਹੈ ਕੁੜੀ। ਚਲੋ ਮੈਂ ਪਹਿਲਾਂ ਉਹਨਾਂ ਕੋਲ ਪੁੱਛ ਕੇ ਆਉਣਾ। ਨਹੀਂ ਤੁਸੀਂ ਖਲੋ, ਤੁਹਾਨੂੰ ਕਰੀਮ ਦੇ ਕੇ ਭੇਜਾਂਗੇ। ਤੁਹਾਡੀ ਮਿਹਰਬਾਨੀ। ਅਤੇ ਰੋਜ਼ੇ ਸ਼ੁਰੂ ਹੋ ਗਏ ਨੇ ਤੁਹਾਨੂੰ ਪਤਾ? ਹਾਂਜੀ ਹਾਂਜੀ, ਮੁਬਾਰਕ ਹੋਵੇ ਤੁਹਾਨੂੰ। ਰੋਜ਼ਾ ਰੱਖਿਆ ਜੀ? ਖਜੂਰਾਂ ਵੀ ਰੱਖੀਆਂ ਤੁਸੀਂ? ਖਜੂਰਾਂ ਨਹੀਂ, ਸਾਡੇ ਕੋਲ ਹਰ ਸ਼ਹਿਰ ਮੌਜੂਦ ਹੁੰਦਾ, ਤਦ ਤੁਹਾਨੂੰ ਪੁੱਛਿਆ। ਤੁਹਾਡੀ ਮਿਹਰਬਾਨੀ, ਮੈਂ ਜੋ ਮੰਗ ਰਿਹਾ ਮੈਨੂੰ ਤੁਸੀਂ ਉਹ ਕਿਉਂ ਨਹੀਂ ਦਿੰਦੇ? ਵੀ ਮੈਂ ਪਹੁੰਚਣਾ ਹੈ। ਯਾਰ ਮੰਗ ਕੀ ਰਹੇ ਹੋ ਤੁਸੀਂ? ਯਾਰ ਵਾਈਟ ਗੋਲਡ, ਵਾਈਟ ਗੋਲਡ, ਵਾਈਟ ਗੋਲਡ, ਵਾਈਟ ਤੇ ਗੋਲਡ। ਯਾਰ ਤੁਹਾਡੀ ਪਹੁੰਚ ਤੋਂ ਬਹੁਤ ਬਾਹਰ ਹੈ, ਬਹੁਤ ਉੱਚੀ ਰੱਖੀ ਕਿਤੇ। ਨਹੀਂ ਯਾਰ, ਇੱਕ ਤੇ ਵਾਈਟ, ਉੱਤੋਂ ਗੋਲਡ। ਗੋਲਡ ਤੁਹਾਨੂੰ ਪਤਾ ਕਿੰਨਾ ਮਹਿੰਗਾ ਹੋਇਆ ਅੱਜ ਕੱਲ੍ਹ। ਯਾਰ ਮੈਂ ਕਰੀਮ ਦੀ ਗੱਲ ਕੀਤੀ, ਮੈਂ ਝੁਮਕਾ ਨਹੀਂ ਮੰਗਿਆ ਤੁਹਾਡੇ ਕੋਲੋਂ। ਓਹੋ, ਮੈਂ ਕਰਨਾ ਯਾਰ ਕਰੀਮ ਦੇਖਣਾ। ਅੱਛਾ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਚੀਜ਼ ਦਿੰਦਾ, ਇਹ ਦੇਖੋ ਤੋ, ਇਹ ਰੂਮਾ ਗੋਲਾ ਜੀ, ਇਹ ਤੋੜ ਕੇ ਤੁਹਾਡੇ ਨੱਕ 'ਚ ਦੇ ਦੇਵਾਂ। ਨਹੀਂ 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 ਯਾਰ, ਅਰਕੇ ਗੁਲਾਬ ਨਾਲ ਤੁਹਾਡੇ ਕੋਲੋਂ ਕੁਛ ਲੈਣ, ਕਰੀਮ ਲੈਣ ਆਇਆ, ਤੁਸੀਂ ਅੱਗੇ ਮੇਰੇ ਰੂਮ ਕਰ ਦਿੱਤਾ, ਮੇਰੇ ਕੀ ਨਸੀਰ ਫੁੱਟ ਗਈ ਮੇਰੀ। ਯਾਰ ਰੂਮ ਦਾ ਤੁਹਾਨੂੰ ਪਤਾ ਬੜੀ ਜਗ੍ਹਾ 'ਤੇ ਕੰਮ ਆਉਂਦਾ ਬੰਦੇ 'ਤੇ, ਨੱਕ 'ਚ, ਕੰਨ 'ਚ ਤੁਹਾਡੀ ਸ਼ਾਦੀ ਹੈ, ਪਸੀਨਾ ਵੀ ਆਉਣਾ, ਤਾਂ ਬੰਦਾ ਪੂੰਝ ਪੂੰਝ ਲੈਂਦਾ, ਇੱਧਰ ਰਸ਼ ਹੁੰਦਾ ਤੁਹਾਨੂੰ ਪਤਾ। ਮੈਂ ਵੀ ਸ਼ਿਕਰ ਤੋਂ ਬਹਿਰੇ ਸ਼ਾਦੀ ਨਹੀਂ ਕਰਨੀ, ਮੇਰੀ ਸ਼ਾਮ ਨੂੰ ਸ਼ਾਦੀ ਹੈ ਬਰਾਤ, ਨਾਲੇ ਸ਼ਾਦੀ ਪਸੀਨੇ ਲੱਗੇ ਕੰਮ ਹੈ। ਅੱਛਾ, ਇਹਦਾ ਮਤਲਬ ਰੂਮ ਵੀ ਨਹੀਂ ਤੁਹਾਨੂੰ ਚਾਹੀਦਾ? ਓਫੋ, ਓਏ ਹੋ, ਭਾਅ ਜੀ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਇਹ ਦੇਖੋ ਤੇਰਾ ਇਹ ਟੈਂਕ ਹੈਗਾ ਜੀ, ਅਤੇ ਮੈਂ ਕੁਛ ਵੀ ਲਾ ਲਵਾਂ ਸ਼ਾਦੀ 'ਚ। ਸ਼ਾਦੀ 'ਚ ਬੰਦੇ ਜ਼ਿਆਦਾ ਹੋਣੇ ਨੇ, ਗਰਮੀ ਦਾ ਬੜਾਓ ਜ਼ਿਆਦਾ ਹੋ ਜਾਂਦਾ, ਅਤੇ ਪੀਂਦੇ ਰਹਿਣਾ ਨਾਲ ਉਹਨਾਂ ਨੂੰ ਪਿਆਉਣਾ। ਯਾਰ ਮੈਨੂੰ ਕਰੀਮ ਦੇ ਦੇ, ਤੈਨੂੰ ਅੱਲਾ ਦਾ ਵਾਸਤੇ, ਮੈਂ ਕਲਬ ਗਿਆ ਇੱਥੇ। ਕਰੀਮ ਚਾਹੀਦੀ ਹੈ ਤਾਂ ਮੈਂ ਦੇਖਦਾ ਜੀ, ਕਰੀਮ ਤੁਹਾਡੇ ਵਾਸਤੇ। ਕੋਈ ਇਹਨਾਂ 'ਤੇ ਕੁੜੀ ਦੇਣ ਲੱਗੇ ਨਹੀਂ ਕਲਬੇ, ਜਿੰਨਾ ਤੂੰ ਮੈਨੂੰ ਕਲਪਾ ਤੇ। ਯਾਰ ਮੇਰੀ ਗੱਲ ਸੁਣ, ਹੈਗਾ ਹੈਡੋਲਿਨ, ਤੁਹਾਨੂੰ ਪਤਾ ਖਾਮੋਸ਼ੀ 'ਚ ਖੰਘ ਆਵੇ ਇਹਨਾਂ 'ਤੇ ਬੜਾ ਬੁਰਾ ਲੱਗਦਾ। ਉਹ ਮੇਰੀ ਸ਼ਾਦੀ ਗੁਲਾਬ ਦੇਵੀ 'ਚ ਭਾਈ ਜਾਨ, ਬੜਾ ਅੱਛਾ ਹੁੰਦਾ ਸਿਰਪ। ਉਹ ਮੈਨੂੰ ਕਰੀਮ ਦੇ ਦੇ, ਮੈਂ ਦੇਰ ਹੋ ਰਹੀ ਮੈਨੂੰ, ਮੈਂ ਤੇਰੀ ਮਿਹਰਬਾਨੀ ਹੋ, ਤੈਨੂੰ ਅੱਲਾ ਦਾ ਵਾਸਤਾ ਵੀ ਮੈਨੂੰ ਕਰੀਮ ਦੇ ਦੇ, ਮੈਂ ਨਾ ਗਲਪਾ। ਭਾਈ ਜਾਨ ਮੈਂ ਤੁਹਾਨੂੰ ਕਰੀਮ ਦੇਣਾ ਸੀ, ਖਲੋਤਿਆ ਸੀ, ਦੁਕਾਨ ਕਾਹਦੇ ਅਸੀਂ ਖੋਲ੍ਹੀ ਹੈ? ਪਤਾ ਨਹੀਂ ਮੈਨੂੰ ਕਾਹਦੇ ਅਸੀਂ ਖੋਲ੍ਹੀ।
ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ, ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ। ਤੁਸੀਂ ਬਰਾਤ ਦੇ ਬੱਚੇ ਵੀ ਆਉਣਗੇ, ਜ਼ਾਹਿਰ ਹੈ ਜੀ। ਇਹ ਦੇਖੋ, ਇਹ ਬੱਚਿਆਂ ਵਾਸਤੇ ਸਪੈਸ਼ਲ ਤੋਹਫ਼ਾ ਹੁੰਦਾ ਬਿਸਕੁਟਾਂ ਦਾ। ਯਾਰ ਬੱਚਿਆਂ ਵਾਸਤੇ ਬਿਸਕੁਟ ਬੜੇ ਚੰਗੇ ਨੇ, ਤੁਹਾਨੂੰ ਪਤਾ ਵਿਆਹ ਸ਼ਾਦੀ ਦੇ ਦਿਨ ਰਸ਼ ਹੋ ਜਾਂਦਾ ਬੱਚਿਆਂ ਦਾ। ਉਹ ਮੇਰੇ ਚੰਗਾ, ਜਿਸਲੇ ਹੋਣਗੇ ਮੈਂ ਤੇਰੇ ਕੋਲ ਲੈ ਜਾਵਾਂਗਾ, ਚੱਲ ਰੱਖ। ਯਾਰ ਤੇ ਨਾ ਕਲਪਾ ਮੇਰਾ ਪੁੱਤਰ, ਮੈਨੂੰ ਕਰੀਮ ਦੇ ਦੇ। ਯਾਰ ਡੈਰੀ ਮਿਲਕ ਖਾਣਾ ਨਾ ਖਾਇਆ ਕਰ। ਯਾਰ ਜੇ ਦੰਦ ਨਿਕਲ ਗਏ ਨਾ ਤਾਂ ਬੜਾ ਮਸਲਾ ਪੈਣਾ ਤੇਰਾ। ਯਾਰ ਮੈਂ ਕੋਈ ਦੰਦੀਆਂ ਵੱਢਣੀਆਂ ਜਾ ਕੇ। ਬੜੀ ਕੁੱਤਾ ਤਬੀਅਤ ਹੈ ਤੁਹਾਡੀ ਸਰਕਾਰ। ਯਾਰ ਮੈਂ ਕਰੀਮ ਲੈਣ ਆਇਆ ਤੇਰੇ ਕੋਲ ਤੋਂ। ਯਾਰ ਮੈਂ ਤੈਨੂੰ ਵਾਈਟ ਗੋਲਡ ਕਰੀਮ ਦੇ ਤੇ ਦਵਾਂ, ਲੇਕਿਨ ਤੇਰੇ ਵਾਸਤੇ ਬੜਾ ਨੁਕਸਾਨ ਹੈ। ਉਹਦੇ 'ਚ ਕੀ ਨੁਕਸਾਨ ਹੈ? ਤੈਨੂੰ ਕਿਸੇ ਨੇ ਪਛਾਣਨਾ ਨਹੀਂ ਜੇ ਤੂੰ ਲਾ ਲਈ। ਕੀ ਐਕਸੀਡੈਂਟ ਹੋ ਜਾਣਾ ਪੜਦੇ ਆ ਸਾਰੀ ਮੇਰਾ। ਯਾਰ ਤੂੰ ਸਾਰੇ ਰਿਸ਼ਤੇਦਾਰਾਂ ਤੋਂ ਅਲੱਗ ਲੱਗਣ ਲੱਗ ਪੈਣਾ, ਤੇਰਾ ਰੰਗ ਬਹੁਤ ਚਿੱਟਾ ਹੋ ਜਾਣਾ ਉਹਨਾਂ। ਇਹੋ ਤਾਂ ਮੈਂ ਚਾਹੁੰਦਾ ਕਿ ਮੇਰਾ ਰੰਗ ਚਿੱਟਾ ਹੋ ਜਾਵੇ ਅਤੇ ਰਾਤੋਂ ਰਾਤ ਮੇਰੀਆਂ ਧੁੰਮਾਂ ਪੈ ਜਾਣ। ਧੁੰਮਾਂ ਪੈ ਜਾਣ? ਤੂੰ ਚਾਹੁੰਦੇ ਹੋ ਤੁਹਾਡੀਆਂ ਧੁੰਮਾਂ ਪੈਣ? ਹੋਰ ਮੈਂ ਕਾਹਦੇ ਲਈ ਆਇਆ ਤੁਹਾਡੇ? ਐਕਸੀਡੈਂਟ ਕਰਾ ਲਓ। ਯਾਰ ਖੱਪ ਪੈ ਜਾਂਦੀ ਹੈ ਸਾਰੀ ਸ਼ਾਦੀ ਦੇ ਵਿੱਚ, ਇਸ ਤਰ੍ਹਾਂ ਦਾ ਕੋਈ ਸੀਨ ਬਣ ਜਾਏ ਨਾ ਤਾਂ ਬੜੀ ਖੱਪ ਇਕੱਠੀ ਹੋ ਜਾਂਦੀ, ਤੁਸੀਂ ਵਾਇਰਲ ਹੋ ਜਾਓਗੇ। ਤੁਹਾਨੂੰ ਧੁੰਮਾਂ ਤਾਂ ਕਹਿੰਦੇ, ਤੁਸੀਂ ਵੈਣ ਪਾਉਣ ਲੱਗ ਪਏ ਹੋ। ਯਾਰ ਕਰੀਮ ਬਈ ਮੈਂ ਤੈਨੂੰ ਹੁਣ, ਅੱਛਾ ਤੁਹਾਨੂੰ ਪਤਾ ਸ਼ਾਦੀ ਵਾਲਾ ਘਰ ਹੈ, ਚੀਜ਼ਾਂ ਚੂਜ਼ਾਂ ਜਹੇਜ਼ ਵੀ ਆਇਆ ਹੁੰਦਾ, ਜ਼ਾਹਿਰੀ ਗੱਲ ਹੈ, ਕਾਫੀ ਸਮਾਨ ਪਿਆ ਹੁੰਦਾ। ਜੀ ਜੀ ਜੀ। ਜੇ ਤਾਲੇ ਤੁਲੇ ਚਾਹੀਦੇ ਨੇ ਧੜਕੋ ਅਤੇ ਉਹ ਲਾ ਕੇ ਤੁਹਾਡੇ ਸਿਰ 'ਚ ਮਾਰ ਦੇਵਾਂ। ਨਹੀਂ ਨਹੀਂ ਯਾਰ ਮੈਂ ਜੋ ਲੈਣ ਆਇਆ ਮੈਨੂੰ ਉਹ ਦੇ ਬਸ। ਯਾਰ ਉਹ ਮੁੰਡਾ ਆ ਗਿਆ, ਉਹ ਤੇਰੇ ਨਸੀਬ ਖੋਟੇ ਯਾਰ, ਮੁੰਡਾ ਆ ਗਿਆ। ਆ ਜਾ ਯਾਰ ਬਾਈ, ਆ ਜਾ ਯਾਰ, ਬੜੀ ਦੇਰ ਕਰੋ ਆਰਤੀ ਨੂੰ। ਆ ਜਾ ਆ ਜਾ, ਮਿਲੀਏ ਕਰੀਮ। ਓਹੋ ਮਲਮ ਦੇ ਦੇ ਨਾ, ਮੇਰੀ ਸ਼ਾਦੀ ਹੈ, ਕੋਈ ਮੈਨੂੰ ਫਿਨਿਸ਼ਿੰਗ ਨਹੀਂ ਨਿਕਲੀ, ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪੈਂਦੇ, ਕਿਹੜੀਆਂ ਚੀਜ਼ਾਂ ਮੈਨੂੰ ਲੈਣ ਲੱਗ ਪਊ? ਯਾਰ ਵਾਈਟ ਗੋਲਡ, ਵਾਈਟ ਗੋਲਡ ਚਾਹੀਦੀ ਤਾਂ। ਹਾਂਜੀ, ਕਿਹੜੀ ਲੈਣੀ ਜੇ? ਇੰਟਰਨੈਸ਼ਨਲ ਵਾਈਟ ਗੋਲਡ। ਇੰਟਰਨੈਸ਼ਨਲ ਤਾਂ ਦੇ ਕੇ ਭੇਜਣੀ ਅੰਡੋ। ਅੱਛਾ ਮੈਂ ਤੁਹਾਨੂੰ ਇਹ ਦੁੱਧ ਦੇਖੋ ਤੇਰਾ ਕਿਹੜਾ ਚਾਹੀਦਾ ਜੇ? ਉਹ ਪੁੱਤਰ ਵਿਆਹ ਤੋਂ ਬਾਅਦ ਮੈਂ ਦੁੱਧ ਹੀ ਦੇਖਣੇ ਰੱਖਦੇ ਹਾਂ ਭਾਈ। ਸੱਚੋ ਭਾਅ ਜੀ ਤੁਹਾਡੀ ਸ਼ਾਦੀ? ਯਾਰ ਮੇਰੇ ਮੂੰਹ ਤੇ ਮੌਤ ਲਿਖੇ ਹੈ, ਉਹ ਮੇਰੀ ਸ਼ਾਦੀ ਹੈ, ਉਹ ਮੇਰੀ ਸ਼ਾਦੀ ਹੈ। ਯਾਰ ਪਿਆਸ ਤੇ ਨਹੀਂ ਲੱਗੀ ਤੁਹਾਨੂੰ? ਨਹੀਂ ਮੈਂ ਜਾਣਾ ਹੈ ਯਾਰ, ਮੈਂ ਪਹੁੰਚਣਾ, ਤੁਹਾਡੀ ਮਿਹਰਬਾਨੀ ਹੈ, ਮੈਨੂੰ ਕਰੀਮ ਦਿਓ, ਮੈਂ ਜਾਵਾਂ। ਮੈਂ ਕਹਿੰਦਾ ਜੂਸ ਪੀਓ ਤੇਰਾ ਬਾਈ, ਇਹ ਜੂਸ ਲਿਆ ਯਾਰ, ਦੋ ਇਹ ਪੜੋ, ਇੱਕ ਤੁਸੀਂ ਪੀਓ ਇੱਕ ਮੈਂ ਪੀਂਦਾ। ਯਾਰ ਪਾਸੇ ਕਰਦੇ, ਮੈਂ ਨਹੀਂ ਪੀਣਾ। ਮੈਂ ਭਾਜੀ ਤੁਹਾਡਾ ਵਿਆਹ ਹੈਗਾ, ਜੂਸ ਪੀਓ। ਵਿਆਹ ਹੈਗਾ ਮੈਂ ਉਸ, ਯਾਰ ਮੈਂ ਖੂਨ ਲੈ ਕੇ ਆਇਆ। ਵਾਈਟ ਗੋਲਡ ਹੀ ਚਾਹੀਦੀ ਤੁਹਾਨੂੰ? ਬਲੈਕ ਗੋਲਡ ਦੇ ਦਿਓ। ਨਹੀਂ ਵਾਈਟ ਗੋਲਡ ਲੈਣੀ ਤੁਸੀਂ? ਭਾਅ ਜੀ ਕਿੰਨੀ ਕੁ ਵਾਰੀ ਮੈਂ ਤੁਹਾਨੂੰ ਕਹਾਂ, ਇੱਥੇ ਲਿਖ ਦਵਾਂ ਇੱਥੇ। ਯਾਰ ਉਹ ਜ਼ਖਮਾਂ 'ਤੇ ਨਹੀਂ ਲੱਗਦੀ। ਮੇਰੇ ਮੂੰਹ 'ਤੇ ਕਿਹੜਾ ਫੋੜਾ ਦੇਖ ਲਿਆ, ਕਿਹੜਾ ਜ਼ਖਮ ਦੇਖ ਲਿਆ ਤੁਸੀਂ? ਯਾਰ ਤੇਰਾ ਮੂੰਹ ਕਿਸੇ ਜ਼ਖਮ ਤੋਂ ਘੱਟ ਹੈ। ਤੈਨੂੰ ਮੈਂ ਨਾ ਉਹ ਦਿੰਦਾ ਇੱਕ ਚੀਜ਼ ਬੜੀ ਵਧੀਆ। ਯਾਰ ਮੇਰੀ ਗੱਲ ਸੁਣ, ਮੈਨੂੰ ਕਿਸੇ ਪੀਰ ਸਾਹਿਬ ਨੇ ਨਾ ਬੜੀਆਂ ਗੋਲੀਆਂ ਦਿੱਤੀਆਂ ਰੰਗ ਚਿੱਟਾ ਕਰਨ ਲੱਗੇ, ਦਵਾਂ? ਯਾਰ ਮੈਂ ਜਿਹੜੀ ਚੀਜ਼ ਮੰਗ ਰਿਹਾ ਤੂੰ ਕਿਉਂ ਨਹੀਂ ਦਿੰਦਾ? ਤੇਰੇ ਕੋਲ ਹੈ ਕਿ ਨਹੀਂ ਉਹ? ਯਾਰ ਵਾਈਟ ਗੋਲਡ ਦਾ ਤੇ ਸੜਗੋ ਤੇ ਸਟਾਕ ਹੈ, ਤੇ ਫਿਰ ਦਿੰਦੇ ਕਿਉਂ ਨਹੀਂ? ਸੜਗੋ ਤੇ ਇੰਟਰਨੈਸ਼ਨਲ ਵਾਈਟ ਗੋਲਡ ਹੈ। ਯਾਰ ਤੇ ਫਿਰ ਦੇ ਲਿਓ, ਮੈਂ ਤੁਹਾਨੂੰ ਕਿੰਨੀ ਕੁ ਵਾਰੀ ਕਿਹਾ, ਮੈਂ ਤੇਰੇ ਨਾਲ ਆਰਾਮ ਨਾਲ ਗੱਲ ਕਰੀ ਜਾ ਰਿਹਾ, ਤੂੰ ਅੱਗੇ ਮੇਰਾ ਪਾਰਾ ਚੜਾਈ ਜਾ ਰਿਹਾ, ਤੈਨੂੰ ਕਿਹਾ ਮੈਨੂੰ ਦੇਰ ਹੋ ਰਹੀ ਹੈ, ਮੈਂ ਹੋਰ ਬੜੇ ਕੰਮ ਕਰਨੇ। ਮੈਂ ਇਸ ਲਈ ਸਰਕਾਰ ਤੁਹਾਨੂੰ ਕਿਹਾ ਜੂਸ ਪੀਓ। ਯਾਰ ਤੁਹਾਨੂੰ ਮਿਲ ਜਾਂਦੀ ਹੈ ਵਾਈਟ ਗੋਲਡ ਹੀ ਲੈਣੀ ਹੈ ਨਾ? ਵਾਈਟ ਗੋਲਡ ਹੀ ਚਾਹੀਦੀ ਹੈ ਨਾ? ਆਹੋ। ਯਾਰ ਤੂੰ ਕਿੱਡਾ ਬਖਤਾਂ ਵਾਲਾ, ਕਿੱਡਾ ਭਾਗਾਂ ਵਾਲਾ ਬੰਦਾ ਹੈ। ਮਿਹਰਬਾਨੀ ਤੇਰੀ। ਕੋਲ ਹੀ ਮੇਰੇ ਰਸ ਪਏ ਨੇ ਯਾਰ।
ਇਹਦੇ ਤੇ ਖਾਸ ਰਾਹ ਯਾਰ ਤੇਰੇ ਕੋਲ ਕਰੀਮ ਹੈ ਕਿ ਨਹੀਂ ਹੈ ਯਾਰ ਸਾਡੇ ਕੋਲ ਨਹੀਂ ਯਾਰ ਤੂੰ ਬੱਟ ਫਾਰਮੇਸੀ ਤੇ ਆਇਆ ਹੈ ਫੋਰਟ ਰੋਡ ਤੇ ਇੱਕੋ ਹੀ ਵੱਡੀ ਬ੍ਰਾਂਚ ਹੈ ਇਹੀ ਗਲਤੀ ਕੀਤੀ ਯਾਰ ਗਲਤੀ ਤੈਨੂੰ ਮੈਂ ਦੱਸਾਂ ਕਿਹੜੀ ਕੀਤੀ ਤੂੰ ਤੇਰੀ ਮਿਹਰਬਾਨੀ ਹੈ ਤੇ ਕਿਹੜੀਆਂ ਚੀਜ਼ਾਂ ਮੈਂ ਦੇਈ ਜਾਂਦਾ ਯਾਰ ਯਾਰ ਮੈਂ ਤੁਹਾਨੂੰ ਕਰੀਮ ਵੀ ਦੇਵਾਂਗਾ ਜੂਸ ਵੀ ਉਹ ਸ਼ਾਦੀ ਕਿੱਥੇ ਕਰਾ ਰਹੇ ਤੁਹਾਡੇ ਬੜਾ ਮਾਹੌਲ ਹੀ ਆ ਯਾਰ ਤੂੰ ਤੇ ਹੱਸਣਾ ਵੀ ਹੈ ਯਾਰ ਮੇਰੀ ਜਾਨ ਤੇ ਬਣੀ ਹੈ ਮੈਂ ਪਹੁੰਚਣਾ ਯਾਰ ਮੈਂ ਕਾਫੀ ਕੰਮ ਕਰ ਰਹੇ ਯਾਰ ਦਾ ਟਾਈਮ ਕਿੰਨੇ ਵਜੇ ਦਾ ਰੱਖਿਆ ਮੱਝੇ ਚਲਾਨ ਕਰਾਇਆ ਤੁਸੀਂ ਹੋਰ ਮੈਂ 5 ਮਿੰਟ ਇੱਥੇ ਰਿਹਾ ਤੇ ਮੇਰਾ ਜ਼ਰੂਰ ਹੋ ਜਾਏਗਾ ਐਲਾਨ ਨਹੀਂ ਨਹੀਂ ਖਾਣਾ ਪੀਣਾ ਤਾਂ ਤੁਹਾਨੂੰ ਪਤਾ ਸ਼ਾਦੀਆਂ ਵਿਆਹਾਂ 'ਤੇ ਹੁੰਦਾ ਉਹ ਫਿੱਕੀ ਖੀਰ ਵੀ ਪਕਾਈ ਤੁਸੀਂ ਉਹ ਗੌਰ ਕਹਿੰਦਾ ਕਿਹੜੇ ਕੰਮ ਸ਼ੁਰੂ ਕਰਦੇ ਮੇਰੀ ਸ਼ਾਦੀ ਹੈ ਤੇ ਤੂੰ ਅੱਗੇ ਮੈਂ ਦਫਨਾਉਣ ਦਾ ਪ੍ਰੋਗਰਾਮ ਬਣਾਇਆ ਯਾਰ ਤੇਰੀ ਮਿਹਰਬਾਨੀ ਮੈਨੂੰ ਨਹੀਂ ਮੈਂ ਜਾਣਾ ਹੈ ਯਾਰ ਤੁਹਾਨੂੰ ਦੇ ਕੇ ਭੇਜਾਂਗੇ ਤੁਹਾਨੂੰ ਮੁਤਮਿਨ ਕਰਕੇ ਭੇਜਾਂਗੇ ਇੱਥੋਂ ਤੁਸੀਂ ਖਾਲੀ ਹੱਥ ਨਹੀਂ ਜਾਣ ਲੱਗੇ ਮੈਂ ਜ਼ਕਾਤ ਲੈਣ ਨਹੀਂ ਆਇਆ ਪੁੱਤਰ ਮੈਨੂੰ ਕਰੀਮ ਚਾਹੀਦੀ ਮੈਨੂੰ ਦੇ ਮੈਂ ਵਿੱਚੋਂ ਜਾਵਾਂ ਸਿਰਾਬੰਦੀ ਦਾ ਕੀ ਟਾਈਮ ਰੱਖਿਆ ਜੀ ਯਾਰ 5 ਵਜੇ ਸ਼ਾਮ ਦੇ ਅਤੇ ਫੱਟੇ ਦਾ ਕਹਿਤਾ ਤੁਸੀਂ ਉਹ ਮੇਰੀ ਬਰਾਤ ਜਾਣੀ ਤੇਰਾ ਜਨਾਜ਼ਾ ਨਹੀਂ ਜਾਣਾ ਸਰ ਜੀ ਤੁਸੀਂ ਗੁੱਸਾ ਕਰ ਗਏ ਹੋ ਮੇਰੀ ਗੱਲ ਜੀ ਮੈਂ ਨਹੀਂ ਕਰਦਾ ਤੁਸੀਂ ਮੈਨੂੰ ਕਰੀਮ ਦਿਓ ਮੈਂ ਜਾਵਾਂ ਸਿਰਾ ਕਿੱਥੋਂ ਬਣਵਾਇਆ ਤੁਸੀਂ ਜਿੱਥੋਂ ਸਾਰੇ ਬਣਵਾਉਂਦੇ ਅਨਾਰਕਲੀਓ ਬਣਵਾਇਆ ਹੋਰ ਮੈਂ ਕਿੱਥੋਂ ਬਣਵਾਉਣਾ ਅਤੇ ਉਹ ਖੁੱਲ੍ਹੇ ਫੁੱਲਾਂ ਦਾ ਕਹਿ ਹਰ ਚੀਜ਼ ਦਾ ਕਹਿਤਾ ਬਸ ਮੁਸ਼ਕਪੂਰ ਲੈਣ ਚੱਲਾਂ ਮੈਂ ਲੈ ਆਵਾਂ ਕਬੂਤ ਅੱਛਾ ਬਰਾਤ ਕਿੰਨੇ ਵਜੇ ਦੀ ਯਾਰ 5 ਵਜੇ ਜੀ ਕਿੰਨੀ ਕੁ ਵਾਰੀ ਤੁਹਾਨੂੰ ਦੱਸਾਂ ਅਤੇ ਦਰੀਆਂ ਦਾ ਕਹਿਤਾ ਭਾਅ ਜੀ ਦਰੀਆਂ ਸ਼ਰੀਆਂ ਮਹਿਮਾਨ ਆਉਂਦੇ ਨੇ ਤੁਹਾਨੂੰ ਪਤਾ ਕਿ ਕਾਫੀ ਅਸਲਾਮੀਆਂ ਸਲੂਮੀਆਂ ਵੀ ਪੈਂਦੀਆਂ ਫਿਰ ਵੱਧ ਉਹ ਯਾਰ ਮੈਂ ਉੱਥੇ ਮੈਂ ਡੇਗਾਂ ਪਕਵਾਈਆਂ ਤੂੰ ਮਹਾਣੇ ਪਕਵਾਉਣ ਲੱਗ ਪਏ ਤੂੰ ਵੈਸੇ ਕਿੰਨੇ ਕੁ ਬੰਦੇ ਦਾ ਗਿਆ ਤੁਸੀਂ ਬਰਾਤ 'ਤੇ 200 ਬੰਦੇ ਫਾਦਿਆ ਕਹਿਣ ਵਾਸਤੇ ਥੋੜ੍ਹੀ ਨਹੀਂ ਹੈ ਤੁਹਾਡੀ ਵਾਰੀ ਵਧਾ ਲਵਾਂਗੇ ਮੈਂ ਤੁਹਾਨੂੰ ਇੱਕ ਚੀਜ਼ ਦਿੰਦਾ ਇਹ ਦੇਖੋ ਜ਼ਰਾ ਇਹ ਸ਼ਾਇਦ ਮੈਂ ਮੱਖੀਆਂ ਲਾਇਆ ਵਾਂ ਯਾਰ ਗੱਲ ਕੀ ਹੈ ਕਿ ਅਕਸਰ ਸ਼ਾਦੀ ਤੋਂ ਬਾਅਦ ਬੀਵੀ ਲੜਦੀ ਹੈ ਇਹ ਤੁਸੀਂ ਖਾਣੀ ਹੈ ਤੁਹਾਡੀ ਜ਼ੁਬਾਨ ਮਿੱਠੀ ਰਹੇਗੀ ਤੁਹਾਨੂੰ ਗੁੱਸਾ ਨਹੀਂ ਆਏਗਾ ਯਾਰ ਮੈਂ ਜੋ ਮੰਗ ਰਿਹਾ ਤੂੰ ਮੈਨੂੰ ਕਿਉਂ ਨਹੀਂ ਦਿੰਦਾ ਉਹ ਵਾਈਟ ਗੋਲਡ ਹੀ ਲੈਣੀ ਯਾਰ ਦੇ ਦੇ ਮੈਨੂੰ ਬਹੁਤ ਦੇਰ ਹੋ ਗਈ ਹੈ ਤੇਰੀ ਮਿਹਰਬਾਨੀ ਯਾਰ ਬੱਚਾ ਆ ਰਿਹਾ ਅਤੇ ਮੈਂ ਉਹਨੂੰ ਭੇਜਿਆ ਤਾਂ ਹੋਇਆ ਬੱਚਾ ਜੰਮ ਪਿਆ ਕਿ ਮੇਰਾ ਮਤਲਬ ਹੈ ਕਿ ਨਹੀਂ ਨਹੀਂ ਰਸਤੇ 'ਚ ਸੌਦਾ ਲੈ ਕੇ ਆ ਰਿਹਾ ਤੁਹਾਡੀ ਖਾਤਰ ਉਹਨੂੰ ਭੇਜਿਆ ਸਮਝੋ ਕੋਈ 30,000 ਰੁਪਇਆ ਕਿਰਾਇਆ ਲੱਗਿਆ ਉਹਦਾ ਕਾਹਦੇ 6 ਕਾਰਟਨ ਮੰਗਵਾਏ ਨੇ ਗੱਡੀ ਕਰਵਾਈ ਹੈ ਯਾਰ ਮੈਨੂੰ 1 ਕਰੀਮ ਚਾਹੀਦੀ ਹੈ 6 ਕਾਰਟਨ ਮੈਂ ਕੀ ਕਰਨੇ ਓਹੋ ਯਾਰ ਤੇਰਾ ਪਿੰਡਾ 1 ਕਰੀਮ ਵਾਲਾ ਨਹੀਂ ਹੈਗਾ ਤੈਨੂੰ ਪੂਰਾ ਮਸਾਜ ਕਰਨਾ ਪੈਣਾ ਅਤੇ ਤੇਰਾ ਤਕਰੀਬਨ 2.5 ਲੱਖ ਰੁਪਏ ਦਾ ਤੇਰਾ ਬਣਦਾ ਪਿਆ ਤੁਸੀਂ 1 ਵੀ ਰਹਿਣ ਦਿਓ ਮੈਂ ਕਲੀ ਕਰਾ ਲਵਾਂਗਾ ਆਪਣੇ ਆਪ ਉਹ ਕਲੀ ਨਾ ਕਰਾਉਣਾ ਭਾਅ ਜੀ ਚੂਨਾ ਹੁੰਦਾ ਉਹਦੇ 'ਚ ਤੁਹਾਨੂੰ ਵਾਈਟ ਗੋਲਡ ਦੇ ਰਹੇ 1 ਨੰਬਰ ਦਿਓ ਪੈਸੇ ਕੱਢੋ ਕਿੰਨੇ ਪੈਸੇ ਲਵਾਏ 2.5 ਲੱਖ ਰੁਪਇਆ ਭਾਅ ਜੀ 6 ਕਾਰਟਨ ਮੰਗਵਾਏ ਨੇ ਸਰ ਮੈਂ ਤੁਹਾਨੂੰ ਕਿਹਾ 6 ਕਾਰਟਨ
ਯਾਰ ਤੇਰਾ ਇੱਕ ਅੱਧੀ ਕਰੀਮ ਨਾਲ ਕੁਛ ਫਰਕ ਨਹੀਂ ਪੈਣਾ ਤੈਨੂੰ ਮੇਰਾ ਭਰਾ, ਉਹ ਤੈਨੂੰ ਹੈਗਾ ਕਿ ਤੂੰ ਨਾ ਟੱਪ 'ਚ ਪਾਣੀ ਹੈ ਸਾਰੀ ਸਾਰੀ ਰਾਤ ਉਹ 'ਚ ਰਹਿਣਾ ਤੂੰ, ਸਵੇਰੇ ਲੋਕਾਂ ਨੇ ਤੈਨੂੰ ਪਛਾਣਨਾ ਨਹੀਂ। ਯਾਰ ਮੈਨੂੰ ਵਿਆਹ 'ਤੇ ਮੇਰਾ ਖਿਆਲ ਹੈ ਤੁਹਾਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਮੈਂ ਕਿਹੜੀ ਕਰੀਮ ਲੈਣਾ ਅਤੇ ਕਿਹਦੇ ਵਾਸਤੇ ਲੈਣਾ ਹੈ। ਨਹੀਂ ਵਾਈਟ ਕੌਣ ਲੈਣੀ ਹੈ ਨਾ ਤੁਸੀਂ? ਨਾ ਮੈਂ ਚਿਹਰੇ 'ਤੇ ਲਾਉਣੀ ਹੈ, ਤੁਸੀਂ ਅੱਗੇ ਮੈਨੂੰ ਹੋਰ ਕੁਸਲ ਦਾ ਸਮਾਨ ਦੱਸਣ ਲੱਗ ਪੈਂਦੇ ਹੋ। ਭਾਅ ਜੀ ਮੈਂ 6 ਕਾਰਟਨ ਮੰਗਵਾ ਚੁੱਕਾ, ਉਹਦਾ ਬਿੱਲ ਤੁਹਾਨੂੰ ਅਦਾ ਕਰਨਾ ਪੈਣਾ, ਨਹੀਂ ਤਾਂ ਤੁਸੀਂ ਬਾਹਰ ਨਹੀਂ ਜਾ ਸਕਦੇ। ਯਾਰ ਮੈਨੂੰ ਇੱਕ ਕਰੀਮ ਚਾਹੀਦੀ, ਮੈਂ ਤੁਹਾਨੂੰ 6 ਘੰਟੇ ਤੋਂ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਇੱਕ ਕਰੀਮ ਦੇ ਦਿਓ ਮੇਰੇ ਮੂੰਹ ਵਾਸਤੇ। ਯਾਰ ਉਹ ਪੇਮੈਂਟ ਤੁਹਾਨੂੰ ਕਰਨੀ ਪੈਣੀ। ਕਿਉਂ? ਉਹ 6 ਕਾਰਟਨ ਮੰਗਵਾਏ ਨੇ, 30,000 ਰੁਪਇਆ ਕਿਰਾਇਆ ਲੱਗ ਗਿਆ ਮੇਰਾ। ਯਾਰ ਮੈਂ ਤੈਨੂੰ ਵੀ ਅੱਜ ਕੇ 6 ਕਾਰਟਨ ਮੰਗਵਾ ਲਾ। ਨਹੀਂ ਤੈਨੂੰ ਆਪਣੇ ਮਾਨ ਨਾਲ ਦੱਸ, ਤੇਰਾ ਇੱਕ ਕਰੀਮ ਵਾਲਾ ਮੂੰਹ ਹੈ? ਉਹ ਮੇਰੇ ਤੇ ਪੂਰੇ ਕੱਚ 'ਚ 2 ਕਰੀਮਾਂ ਆ ਜਾਂਦੀਆਂ। ਯਾਰ ਮੇਰੀ ਗੱਲ ਸੁਣ, ਇਹ ਬਿੱਲ ਅਦਾ ਕਰੋ ਤੁਸੀਂ। ਕਿੱਥੋਂ? ਉਹ ਮੇਰੇ ਤੇ ਵਿਆਹ 'ਚ ਪਤਾ ਨਹੀਂ ਹਰੇਕ ਕੋਈ 3-4 ਹਜ਼ਾਰ ਰੁਪਇਆ ਲੱਗਣ ਦੇ ਸਾਰੇ ਵਿਆਹ ਦੇ ਵਿੱਚ, ਤੇ ਤੂੰ ਅੱਗੇ ਮੈਨੂੰ 2.5 ਲੱਖ ਦਾ ਕਰੀਮ ਦਾ ਬਿੱਲ ਦੇ ਦਿੱਤਾ। ਪਲਾਸਟਰ ਦੀ ਗੁੱਡੀ ਲੈਣ ਦੀ ਤੁਸੀਂ? ਮੈਂ ਤੁਹਾਡੇ ਕੋਲ ਕਰੀਮ ਲੈਣ ਆਇਆ ਕਿ ਸੈੱਲ ਪਵਾਉਣਾ ਹੈ? ਯਾਰ ਤੈਨੂੰ ਵਾਈਟ ਗੋਲਡ ਚਾਹੀਦੀ ਹੈ। ਯਾਰ ਗੱਲ ਤਾਂ ਭਲਾ ਕੀ ਹੈਗੀ ਹੈ ਕਿ ਵਾਈਟ ਗੋਲਡ ਵੀ ਕੈਨਿਕ ਜਾਂਦੀ ਹੈ ਕਿ ਸਾਡੇ ਕੋਲ ਸਟਾਕ ਖਤਮ ਹੋਇਆ ਹੈ, ਅਤੇ ਉਹ ਕੱਲ੍ਹ ਤੁਹਾਨੂੰ ਮਿਲ ਜਾਏਗੀ ਇਨਸ਼ਾਅੱਲਾ। ਅੱਛਾ ਜੀ, ਤੁਸੀਂ ਜ਼ਿੰਦਾ ਰਹੇ ਤਾਂ ਮੈਂ ਜ਼ਰੂਰ ਲੈਣ ਆਵਾਂਗਾ। 1,00,000 ਲਾਨਤ ਹੈ ਤੁਹਾਡੇ ਉੱਤੇ, ਉਹ 28 ਘੰਟੇ ਮੇਰੀ ਬਰਬਾਦ ਕਰ ਦਿੱਤੀ। ਨਹੀਂ ਜੀ, ਤੂੰ ਮੈਨੂੰ ਪਹਿਲੇ ਕਹਿ ਰਹੇ ਭਾਈ, ਕਦੀ ਤੂੰ ਮੈਨੂੰ ਕੋਈ ਚੀਜ਼ ਦਿਖਾ ਦਿੰਦਾ, ਕਦੀ ਕੋਈ ਚੀਜ਼ ਦਿਖਾ ਦਿੰਦਾ। ਭਾਈ ਜਾਨ ਗੁੱਸਾ ਨਾ ਕਰੋ, ਅਸੀਂ ਤੁਹਾਡੀ ਖਿਦਮਤ ਆਸੇ ਹਾਂ। ਵਾਈਟ ਗੋਲਡ ਕੱਲ੍ਹ ਆ ਜਾਏਗੀ, ਆਈ ਵੀ ਮੰਨ ਲੈਣਾ। ਹੈਲੋ, ਉੱਧਰ ਨਹੀਂ, ਇੱਧਰੋਂ ਦੀ।